ਜਰਮਨਜੀਤ ਸਿੰਘ, ਮੈਂ ਇੱਕ ਮੈਨੇਜਰ ਦੀ ਮਾਂ ਵੀ ਹਾਂ ਅਤੇ ਸ਼ਹੀਦ ਦੀ ਸਾਨੂੰ ਪਤਾ ਨਹੀਂ ਹੈਗੀ। ਹਰਜਿੰਦਰ ਸਿੰਘ ਸ਼ਹੀਦ ਭਾਈ, ਹਰਜਿੰਦਰ ਸਿੰਘ ਸ਼ਹੀਦ ਪਰਿਵਾਰ ਚੋਂ ਮਾਤਾ ਆ, ਉਹਦੇ ਉਸ ਸ਼ਹੀਦ ਦੇ ਬਦਲੇ ਜਿਹੜੀ ਆ ਉਹਨੂੰ ਨੌਕਰੀ ਮਿਲੀ ਆ ਉੱਥੇ। ਮਾਤਾ ਜੀ ਤੁਹਾਡੇ ਬੇਟੇ ਦਾ ਕੀ ਨਾਮ ਹੈ ਜੀ? ਜਰਮਨਜੀਤ ਸਿੰਘ। ਕਿੱਥੇ ਕੰਮ ਕਰਦੇ ਹੋ? ਵੇਰਕੇ ਗੁਰਦੁਆਰੇ ਨਾਨਕਸਰ ਗੁਰਦੁਆਰਾ। ਤੁਹਾਨੂੰ ਕਿਉਂ ਕੱਢਿਆ ਉਹਨਾਂ ਨੇ ਘਰੋਂ? ਛੋਟੇ ਮੋਟੇ ਲੜਾਈਆਂ ਝਗੜੇ ਹੁੰਦੇ ਰਹਿੰਦੇ ਕਰਕੇ, ਇਹ ਥੋੜ੍ਹਾ ਲੋਕ ਘਰੋਂ ਕੱਢ ਦਿੰਦੇ ਮਾਂ ਨੂੰ। ਅਤੇ ਕਿੰਨੀ ਦੇਰ ਹੋ ਗਿਆ ਤੁਹਾਨੂੰ ਕੱਢਿਆ ਘਰੋਂ? ਕੱਢਿਆ ਤਕਰੀਬਨ ਮੈਨੂੰ 1 ਸਾਲ ਹੋ ਗਿਆ। ਕਿੱਥੇ ਰਹਿ ਰਹੇ ਹੁਣ ਤੁਸੀਂ? ਮੈਂ ਗੁਰਦੁਆਰਿਆਂ 'ਚ, ਕਦੀ ਰਿਸ਼ਤੇਦਾਰਾਂ ਦੇ, ਕਦੀ ਕਰਦਾ ਦੀਆਂ ਟੋਕਰਾ ਖਾਂਦੇ ਚੱਲਦੇ। ਡੀ ਸੀ ਦੇ ਗਈ, ਐਸ ਡੀ ਐਮ ਦੇ ਵੀ ਗਈ ਮੈਂ, ਉੱਥੇ ਵੀ ਅਕਾਲੀ ਦਲ ਦੇ ਲੀਡਰਾਂ ਦਾ ਦਬ ਦਬਾ ਪਾ ਕੇ ਕੇਸ ਜਿਹੜਾ ਬੰਦ ਕੀਤਾ ਗਿਆ। ਕਾਰਨ ਕੀ ਸੀ? ਪ੍ਰੈਸ਼ਰ? ਹਾਂਜੀ, ਪ੍ਰੈਸ਼ਰ ਪਾਇਆ ਗਿਆ। ਹਾਂਜੀ, ਮੈਂ ਹਿੱਸਾ ਮੰਗਦੀ, ਜਦੋਂ ਮੈਨੂੰ ਘਰ 'ਚ ਨਹੀਂ ਰਹਿਣ ਦਿੰਦੇ ਮੈਂ ਹਿੱਸਾ ਮੰਗਦੀ, ਮੇਰੇ ਘਰ 'ਚੋਂ ਹਿੱਸਾ ਦਿੱਤਾ ਜਾਵੇ, ਮੈਨੂੰ ਜਾਇਦਾਦ 'ਚੋਂ ਹਿੱਸਾ ਦਿੱਤਾ ਜਾਵੇ। ਇਸ ਕਰਕੇ ਤੁਹਾਨੂੰ ਰਸਤੇ 'ਚੋਂ ਹਟਾਤਾ ਘਰੋਂ? ਕੱਢਤਾ? ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰਿਓ, ਬੀਤੇ ਦਿਨੀ ਸ਼੍ਰੀ ਮੁਕਤਸਰ ਸਾਹਿਬ ਤੋਂ ਇੱਕ ਦਿਲ ਤਹਿਲਾ ਦੇਣ ਵਾਲੀ ਤਸਵੀਰ ਸਾਹਮਣੇ ਆਈ ਸੀ, ਜਦੋਂ ਪੜ੍ਹੇ ਲਿਖੇ ਪੁੱਤਾਂ ਨੇ ਆਪਣੀ ਮਾਂ ਕਿਸੇ ਤੀਜੇ ਦੇ ਹਵਾਲੇ ਕਰਕੇ ਇੱਕ 2.5 ਫੁੱਟ ਦੇ ਚੁੱਲ੍ਹੇ ਵਿੱਚ ਮਰਨ ਲਈ ਛੱਡ ਦਿੱਤੀ ਸੀ। ਅਤੇ ਇਸ ਵਿਰਧ ਮਾਂ ਦੀ ਮੌਤ ਤੋਂ ਬਾਅਦ ਮੀਡੀਆ ਦੇ ਵਿੱਚ ਇਸ ਦੇ ਪੁੱਤ ਬਹੁਤ ਹੀ ਬੇਸ਼ਰਮੀ ਨਾਲ ਆਪਣੀਆਂ ਸਫਾਈਆਂ ਦਿੰਦੇ ਹੋਏ ਵੀ ਅਸੀਂ ਵੇਖੇ। ਅਤੇ ਹੁਣ ਕੁਝ ਅਜਿਹਾ ਹੀ ਇੱਕ ਹੋਰ ਮਾਮਲਾ ਆ ਰਿਹਾ ਹੈ ਜੋ ਸ਼ਹੀਦ ਦੇ ਪਰਿਵਾਰ ਦਾ ਹੈ। ਅਤੇ ਸ਼ਹੀਦ ਦੀ ਇਹ ਵਿਰਧ ਮਾਂ ਪਿਛਲੇ 1 ਸਾਲ ਤੋਂ ਕਦੇ ਗੁਰਦੁਆਰਿਆਂ ਵਿੱਚ ਰਹਿ ਰਹੀ ਹੈ ਤੇ ਕਦੇ ਆਪਣੇ ਰਿਸ਼ਤੇਦਾਰਾਂ ਕੋਲ, ਕਿਉਂਕਿ ਇੱਕ ਪੁੱਤ ਤਾਂ ਸ਼ਹੀਦ ਹੋ ਗਿਆ ਸੀ ਜਿਸ ਕਰਕੇ ਦੂਸਰੇ ਪੁੱਤ ਨੂੰ ਨੌਕਰੀ ਦਿੱਤੀ ਗਈ ਸੀ ਤੇ ਉਹ ਇਸ ਵੇਲੇ SGPC ਦਾ ਇੱਕ ਮੁਲਾਜ਼ਮ ਹੈ ਜਿਸ ਨੇ ਆਪਣੀ ਮਾਂ ਆਪ ਆਪਣੇ ਹੱਥੀਂ ਧੱਕੇ ਮਾਰ ਕਰੋ ਬਾਹਰ ਕੱਢ ਦਿੱਤੀ ਹੈ। ਤੇ ਜੇਕਰ ਮਾਂ ਆਪਣਾ ਹੱਕ ਮੰਗਦੀ ਹੈ, ਆਪਣਾ ਹਿੱਸਾ ਮੰਗਦੀ ਹੈ, ਤਾਂ ਉਸ ਦੇ ਨਾਲ ਕੀ ਕੀਤਾ ਜਾਂਦਾ ਹੈ? ਤੁਸੀਂ ਆਪ ਸੁਣੋ ਇਸ ਮਾਂ ਦੀ ਜ਼ੁਬਾਨੀ, ਕਿਉਂਕਿ ਹੁਣ ਇਹ ਦੁਖਿਆਰੀ ਮਾਂ ਪਹੁੰਚੀ ਹੈ ਲੋਕ ਇਨਸਾਫ ਪਾਰਟੀ ਕੋਲ। ਤੇ ਇਹ ਪਾਰਟੀ ਨੇ ਇਹ ਪ੍ਰਣ ਲਿੱਤਾ ਹੈ ਕਿ ਜਲਦ ਤੋਂ ਜਲਦ ਇਸ ਮਾਂ ਨੂੰ ਇਨਸਾਫ ਦਿੱਤਾ ਜਾਵੇਗਾ। ਮੈਨੂੰ ਕੁੱਟਮਾਰ ਕਰਨ ਕੱਢਿਆ ਕਰ ਮੇਰੇ ਬੇਟੇ ਤੇ ਮਾਂ ਨੇ। ਜਰਮਨਜੀਤ ਸਿੰਘ, ਮੈਂ ਇੱਕ ਮੈਨੇਜਰ ਦੀ ਮਾਂ ਵੀ ਹਾਂ ਅਤੇ ਸ਼ਹੀਦ ਦੀ ਸਾਨੂੰ ਪਤਾ ਨਹੀਂ ਹੈ। ਹਰਜਿੰਦਰ ਸਿੰਘ ਸ਼ਹੀਦ ਭਾਈ, ਹਰਜਿੰਦਰ ਸਿੰਘ ਸ਼ਹੀਦ ਪਰਿਵਾਰ ਚੋਂ ਮਾਤਾ ਆ, ਉਹਦੇ ਉਸ ਸ਼ਹੀਦ ਦੇ ਬਦਲੇ ਜਿਹੜੀ ਆ ਉਹਨੂੰ ਨੌਕਰੀ ਮਿਲੀ ਆ ਉੱਥੇ। ਮਾਤਾ ਜੀ ਤੁਹਾਡੇ ਬੇਟੇ ਦਾ ਕੀ ਨਾਮ ਹੈ ਜੀ? ਜਰਮਨਜੀਤ ਸਿੰਘ। ਕਿੱਥੇ ਕੰਮ ਕਰਦੇ ਹੋ? ਵੇਰਕੇ ਗੁਰਦੁਆਰੇ ਨਾਨਕਸਰ ਗੁਰਦੁਆਰਾ। ਤੁਹਾਨੂੰ ਕਿਉਂ ਕੱਢਿਆ ਉਹਨਾਂ ਨੇ ਘਰੋਂ? ਛੋਟੇ ਮੋਟੇ ਲੜਾਈਆਂ ਝਗੜੇ ਹੁੰਦੇ ਰਹਿੰਦੇ ਕਰਕੇ, ਇਹ ਥੋੜ੍ਹਾ ਲੋਕ ਘਰੋਂ ਕੱਢ ਦਿੰਦੇ ਮਾਂ ਨੂੰ। ਕਿੰਨੀ ਦੇਰ ਹੋ ਗਿਆ ਤੁਹਾਨੂੰ ਕੱਢਿਆ ਘਰੋਂ? ਕੱਢਿਆ ਤਕਰੀਬਨ ਮੈਨੂੰ 1 ਸਾਲ ਹੋ ਗਿਆ। ਕਿੱਥੇ ਰਹਿ ਰਹੇ ਹੁਣ ਤੁਸੀਂ? ਮੈਂ ਗੁਰਦੁਆਰਿਆਂ 'ਚ, ਕਦੀ ਰਿਸ਼ਤੇਦਾਰਾਂ ਦੇ, ਕਦੀ ਕਰਦਾ ਦੀਆਂ ਟੋਕਰਾਂ ਖਾਂਦੇ ਚੱਲਦੇ। ਪਾਲਣ ਪੋਸ਼ਣ ਕਿੱਦਾਂ ਹੋ ਰਿਹਾ? ਤੁਹਾਡਾ ਖਾਣ ਪੀਣ ਕਿੱਦਾਂ ਹੋ ਰਿਹਾ? ਜਿੱਥੇ ਜਾਂਦੀ ਉੱਥੇ ਰੋਟੀ ਤਾਂ ਮਿਲਣੀ ਖਾਣੀ ਜਿੱਥੇ ਵੀ ਜਾਊਂ। ਇਸ ਵਾਸਤੇ ਕਦੀ ਤੁਸੀਂ ਕਾਨੂੰਨ ਦਾ ਦਰਵਾਜ਼ਾ ਨਹੀਂ ਖੜਕਾਇਆ? ਖੜਕਾਇਆ, SGPC ਦੇ ਵੀ ਗਈ, SDM ਦੇ ਵੀ ਗਈ ਮੈਂ, ਉੱਥੇ ਵੀ ਅਕਾਲੀ ਦਲ ਦੇ ਲੀਡਰਾਂ ਦਾ ਦਬ ਦਬਾ ਪਾ ਕੇ ਕੇਸ ਜਿਹੜਾ ਬੰਦ ਕੀਤਾ ਗਿਆ। ਕਾਰਨ ਕੀ ਸੀ? ਪ੍ਰੈਸ਼ਰ? ਪ੍ਰੈਸ਼ਰ? ਹਾਂਜੀ, ਪ੍ਰੈਸ਼ਰ ਪਾਇਆ ਗਿਆ। ਹਾਂਜੀ, ਮੈਂ ਹਿੱਸਾ ਮੰਗਦੀ, ਜਦੋਂ ਮੈਨੂੰ ਘਰ 'ਚ ਨਹੀਂ ਰਹਿਣ ਦਿੰਦੇ ਮੈਂ ਹਿੱਸਾ ਮੰਗਦੀ, ਮੇਰੇ ਘਰ 'ਚੋਂ ਹਿੱਸਾ ਦਿੱਤਾ ਜਾਵੇ, ਮੈਨੂੰ ਜਾਇਦਾਦ 'ਚੋਂ ਹਿੱਸਾ ਦਿੱਤਾ ਜਾਵੇ। ਇਸ ਕਰਕੇ ਤੁਹਾਨੂੰ ਰਸਤੇ 'ਚੋਂ ਹਟਾਤਾ ਘਰੋਂ? ਕੱਢਤਾ? ਹਾਂਜੀ। ਹੁਣ ਤੁਸੀਂ ਕੀ ਮੰਗ ਕਰਦੇ ਹੋ? ਮੈਂ ਮੰਗ ਕਰਦੀ, ਮੈਨੂੰ ਘਰ ਚਾਹੀਦਾ ਰਹਿਣ ਵਾਸਤੇ, ਰੋਟੀ ਚਾਹੀਦੀ ਖਾਣ ਵਾਸਤੇ, ਲੀੜਾ ਕੱਪੜਾ ਚਾਹੀਦਾ। ਮੈਂ ਗੁਰਦੁਆਰੇ ਆਪਣੇ ਰਿਸ਼ਤੇਦਾਰਾਂ 'ਚ ਰਹਿੰਦੀ ਕਈ ਵਾਰ, ਪਹਿਲਾਂ ਗੁਰਦੁਆਰੇ ਰਹਿਣ 'ਚ ਮੇਰਾ ਮਿਲਦਾ। ਅਗਰ ਤੁਹਾਡੀ ਇਨਸਾਫ ਨਾ ਮਿਲਿਆ ਫਿਰ ਕੀ ਕਰੋਗੇ? ਕੀ ਐਕਸ਼ਨ ਹੋਏਗਾ ਤੁਹਾਡਾ ਅਗਲਾ? ਮੈਂ ਫਿਰ ਕੇਸ ਲਾਵਾਂਗੀ ਦੁਬਾਰਾ, ਕੋਰਟ 'ਚ ਜਾਵਾਂਗੀ। ਸਾਡੇ ਕੋਲ ਇਨਸਾਫ ਦੀ ਮੰਗ ਲੈ ਕੇ ਆਏ ਸੀ ਅਤੇ ਮਾਤਾ ਜੀ ਦੇ ਨਾਲ ਮੰਗ ਪੱਤਰ ਲੈ ਕੇ ਕਮਿਸ਼ਨਰ ਸਾਹਿਬ ਦੇ ਕੋਲ ਆਏ ਹਾਂ।
ਬੜੇ ਦੁੱਖ ਅਤੇ ਅਫਸੋਸ ਨਾਲ ਕਹਿਣਾ ਪੈਂਦਾ ਸਾਡਾ ਜਿਹੜਾ ਸਮਾਜ ਆ ਉਹ ਗਿਰਾਵਟ ਵੱਲ ਨੂੰ ਜਾ ਰਿਹਾ ਆ। ਪਿਛਲੇ ਦਿਨੀ ਜਿਹੜੀਆਂ ਆਪਾਂ ਵਾਰਦਾਤਾਂ ਦੇਖੀਆਂ ਕਿ ਬੱਚੇ ਜਿਹੜੇ ਆ ਆਪਣੇ ਮਾਂ ਬਾਪ ਤੋਂ ਮੁਨਕਰ ਹੋ ਗਏ ਨੇ, ਆਪਣੇ ਮਾਂ ਬਾਪ ਨੂੰ ਘਰੋਂ ਕੱਢ ਰਹੇ ਨੇ, ਉਹਨਾਂ ਨੂੰ ਸੰਭਾਲ ਨਹੀਂ ਰਹੇ। ਉਸੇ ਤਰ੍ਹਾਂ ਦੀ ਉਸੇ ਕੜੀ 'ਚ ਇੱਕ ਰਣਜੀਤ ਕੌਰ ਮਾਤਾ ਜੀ ਜਿਹੜੇ ਸੁਲਤਾਨਵਿੰਡ ਦੇ ਰਹਿਣ ਵਾਲੇ ਨੇ ਔਰ ਇਹਨਾਂ ਦੇ ਇਹ ਵਿਧਵਾ ਨੇ, ਇਹਨਾਂ ਦੇ ਸਵਰਗਵਾਸੀ ਜਿਹੜੇ ਹਸਬੈਂਡ ਉਹਨਾਂ ਦਾ ਨਾਂ ਹਰਜਿੰਦਰ ਸਿੰਘ ਨੇ ਅਤੇ ਇਹਨਾਂ ਦੇ ਪੁੱਤਰ ਜਰਮਨਜੀਤ ਸਿੰਘ। ਜਿਹੜੀ ਮੈਂ ਬੜੇ ਦੁੱਖ ਅਤੇ ਅਫਸੋਸ ਨਾਲ ਇਹ ਗੱਲ ਕਹਿਣੀ ਚਾਹੁੰਦਾ ਕਿ ਜਿਹੜੀ ਸਿੱਖਾਂ ਦੀ ਖਾਸ ਕਰਕੇ ਪੰਜਾਬੀਆਂ ਦੀ ਸਰਵਉੱਚ ਸੰਸਥਾ SGPC ਉਹਦੇ ਮੈਨੇਜਰ ਐਜ਼ ਏ ਮੈਨੇਜਰ ਉੱਥੇ ਡਿਊਟੀ ਕਰ ਰਹੇ ਨੇ ਵੇਰਕੇ ਦੇ ਵਿੱਚ। ਵੇਰਕਾ ਜਿਹੜਾ ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ ਗੁਰਦੁਆਰਾ ਆ, ਉੱਥੇ ਐਜ਼ ਏ ਮੈਨੇਜਰ ਜਰਮਨਜੀਤ SGPC ਦੇ ਮੁਲਾਜ਼ਮ ਡਿਊਟੀ ਕਰ ਰਹੇ ਨੇ। ਅਤੇ SGPC ਕੀ ਆ? SGPC ਹੈਗੀ ਆ ਗੁਰਦੁਆਰਾ ਸਾਂਭ ਸੰਭਾਲ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਸਾਰ ਅਤੇ ਪ੍ਰਚਾਰ ਦੇ ਲਈ ਉਹਦੇ ਲਈ ਕੰਮ ਕਰਨ ਵਾਲੀ ਇੱਕ ਸੰਸਥਾ, ਸਿੱਖਾਂ ਦੀ ਨੁਮਾਇੰਦਾ ਜਥੇਬੰਦੀ। ਅਤੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਮਨੁੱਖਤਾ ਨੂੰ ਪਿਆਰ ਕਰਨਾ, ਇਨਸਾਨੀਅਤ ਨੂੰ ਪਿਆਰ ਕਰਨਾ ਜਾਂ ਕਾਇਨਾਤ ਨੂੰ ਪਿਆਰ ਕਰਨ ਦਾ ਸੰਦੇਸ਼ ਦਿੰਦੇ ਨੇ। ਅਤੇ ਜਿਹੜੇ ਉਹਦੇ ਮੁਲਾਜ਼ਮ ਨੇ ਉਹਨਾਂ ਨੇ ਉਸ ਉਪਦੇਸ਼ ਨੂੰ ਕੀ ਫੋਲੋ ਕਰਨਾ ਜਾਂ ਕੀ ਉਹਦੀ ਪਾਲਣਾ ਕਰਨੀ, ਉਹ ਆਪਣੇ ਪਰਿਵਾਰ ਜਿਹਦੇ ਪੇਟ 'ਚੋਂ ਪਲੇ, ਜਿਸ ਮਾਂ ਦੇ ਪੇਟ 'ਚੋਂ ਪਲੇ ਆ ਉਹਨੂੰ ਘਰੋਂ ਕੱਢ ਰਹੇ ਨੇ। ਇਹਨਾਂ ਦੇ ਕੋਲ DC ਸਾਹਿਬ ਦੇ ਕੋਲ ਐਪਲੀਕੇਸ਼ਨ ਦਿੱਤੀ, ਉਹਨਾਂ ਜਿਹੜਾ ਇਹਨਾਂ ਦਾ ਥਾਣਾ ਪੈਂਦਾ ਆ ਉੱਥੋਂ ਦੇ SHO ਨੂੰ ਜਿਹੜੀ ਉਹਦੇ ਆਰਡਰ ਲੱਗੇ ਆ ਕਿ SHO ਸਾਹਿਬ ਇਸ ਮਾਤਾ ਨੂੰ ਘਰ ਦੇ ਵਿੱਚ ਛੱਡ ਕੇ ਅਤੇ ਹਫ਼ਤੇ 'ਚ 2 ਵਾਰ ਉੱਥੇ ਚੱਕਰ ਲਾ ਕੇ ਮੈਨੂੰ ਰਿਪੋਰਟ ਕਰਨੀ ਆ ਕਿ ਇਸ ਮਾਤਾ ਦੇ ਹਾਲਾਤ ਜਾਂ ਇਹਨੂੰ ਕੋਈ ਦਿੱਕਤ ਪਰੇਸ਼ਾਨੀ ਤਾਂ ਨਹੀਂ ਉੱਥੇ। ਪਰ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ, ਕਿਸੇ ਨੇ ਕੋਈ ਇਨਸਾਫ਼ ਦੀ ਜਿਹੜੀ ਆ ਗੁਹਾਰ ਇਹਦੇ ਮਾਤਾ ਦਰ ਦਰ 'ਤੇ ਲਾਉਂਦੀ ਰਹੀ ਪਰ ਕਿਸੇ ਨੇ ਨਹੀਂ ਦਿੱਤਾ। ਇਹਨਾਂ ਮਹਿਲਾ ਕਮਿਸ਼ਨ ਨੂੰ ਵੀ ਐਪਲੀਕੇਸ਼ਨ ਦਿੱਤੀ ਪਰ ਅਜੇ ਤੱਕ ਉੱਥੋਂ ਵੀ ਕੋਈ ਸੁਣਵਾਈ ਜਾਂ ਇਹਨਾਂ ਨੂੰ ਕੋਈ ਇਨਸਾਫ਼ ਨਹੀਂ ਮਿਲਿਆ, ਕੋਈ ਕਾਲ ਨਹੀਂ ਹੋਈ। ਇਹ ਮਾਤਾ SGPC ਮੈਂਬਰ ਹਰਜਾਪ ਦੇ ਘਰ ਗਈ ਕਿ ਤੁਹਾਡਾ ਮੁਲਾਜ਼ਮ ਆ, ਤੁਸੀਂ ਮੈਨੂੰ ਇਨਸਾਫ਼ ਦਿਵਾਓ, ਪਰ ਉਹਨੇ ਵੀ ਇਹਨੂੰ ਮਾਤਾ ਨੂੰ ਇਨਸਾਫ਼ ਨਹੀਂ ਦਿੱਤਾ। ਇਹ ਮਾਤਾ ਅਕਾਲੀ ਦਲ ਦਾ ਜਿਹੜਾ ਆਪਣੇ ਆਪ ਨੂੰ ਲੀਡਰ ਖਵਾਉਂਦਾ ਦੱਖਣੀ ਹਲਕੇ ਦਾ, ਕਿਉਂਕਿ ਇਸ ਮਾਤਾ ਦਾ ਨਗਰ ਜਿਹੜਾ ਆ ਉਹ ਦੱਖਣੀ ਹਲਕਾ, ਤਲਬੀਰ ਗਿੱਲ ਸ਼ਾਇਦ ਕੋਈ ਬੰਦਾ ਆ ਉਹਨੇ ਲਾਇਆ, ਇਸ ਵਾਰੀ ਅਕਾਲੀ ਦਲ ਇੰਚਾਰਜ, ਉਹਦੇ ਦਰ 'ਤੇ ਵੀ ਗਈ ਪਰ ਉੱਥੋਂ ਵੀ ਕੋਈ ਇਨਸਾਫ਼ ਨਹੀਂ ਮਿਲਿਆ। ਉਲਟਾ ਇਸ ਮਾਤਾ ਨੂੰ ਇਹਦਾ ਬੇਟਾ ਇਹਦੀ ਨੌਂ ਧਮਕੀਆਂ ਲਾਉਂਦੀ ਆ ਕਿ ਇਹ ਹਰਜਾਪ ਅਕਾਲੀ ਦਲ ਸਾਡੇ ਨਾਲ ਖੜ੍ਹਾ ਆ, ਤੂੰ ਕੁਛ ਨਹੀਂ ਸਾਡਾ ਵਿਗਾੜ ਸਕਦੀ, ਔਰ ਸਰੀਰਕ ਤੌਰ 'ਤੇ ਮਾਰਨ ਦੀ ਕੋਸ਼ਿਸ਼ ਕੀਤੀ ਗਈ, ਹਮਲਾ ਕੀਤਾ ਗਿਆ। ਇਹ ਬਹੁਤ ਨਿੰਦਣਯੋਗ ਔਰ ਘਿਨੌਣੀ ਹਰਕਤ ਆ, ਲੋਕ ਇਨਸਾਫ਼ ਪਾਰਟੀ ਦੀ ਸਖ਼ਤ ਸ਼ਬਦਾਂ 'ਚ ਨਿੰਦਿਆ ਕਰਦੀ ਆ ਔਰ ਕਮਿਸ਼ਨਰ ਸਾਹਿਬ ਨੂੰ ਬੇਨਤੀ ਕੀਤੀ ਆ ਕਿ ਤੁਸੀਂ ਇਸ ਮਾਤਾ ਨੂੰ ਇਨਸਾਫ਼ ਦਿਵਾਓ ਔਰ ਅਗਰ ਜੇ ਇਸ ਮਾਤਾ ਨੂੰ ਇਨਸਾਫ਼ ਨਾ ਮਿਲਿਆ ਕਾਨੂੰਨੀ ਤੌਰ 'ਤੇ ਸਮਾਜਿਕ ਤੌਰ 'ਤੇ ਲੋਕ ਇਨਸਾਫ਼ ਪਾਰਟੀ ਇਸ ਮਾਤਾ ਨਾਲ ਖੜ੍ਹੀ ਆ ਔਰ ਵਾਅਦਾ ਕਰਦੀ ਆ ਕਿ ਇਨਸਾਫ਼ ਜਿਹੜਾ ਆ। ਗੁਰਪਿਆਰਿਓ, ਅੰਤ ਦੇ ਵਿੱਚ ਇੱਕੋ ਹੀ ਗੱਲ ਕਹਿਣਾ ਚਾਹਾਂਗੇ, ਜੋ ਔਲਾਦਾਂ ਆਪਣੇ ਮਾਂ ਪੇ ਦੀ ਇੱਜ਼ਤ ਨਹੀਂ ਕਰ ਸਕਦੀਆਂ, ਬੇਸ਼ੱਕ ਮਾਂ ਪੇ ਚੰਗੇ ਹੋਣ ਜਾਂ ਮਾੜੇ, ਬੱਚਿਆਂ ਦਾ ਫਰਜ਼ ਬਣਦਾ ਹੈ ਕਿ ਵਿਰਧ ਅਵਸਥਾ ਵਿੱਚ ਮਾਪਿਆਂ ਨੂੰ ਹਮੇਸ਼ਾ ਛਾਤੀ ਨਾਲ ਲਾ ਕੇ ਰੱਖਿਆ ਜਾਵੇ, ਸਾਂਭਿਆ ਜਾਵੇ, ਕਿਉਂਕਿ ਜਦੋਂ ਅਸੀਂ ਆਪ ਆਪਣੀ ਬਾਲ ਅਵਸਥਾ ਵਿੱਚ ਸਾਂ
ਤਾਂ ਸਾਨੂੰ ਸਾਡੇ ਮਾਪਿਆਂ ਨੇ ਕਿੱਦਾਂ ਸਾਂਭਿਆ ਹੈ ਉਹ ਸਾਨੂੰ ਆਪ ਚੇਤਾ ਹੋਣਾ ਚਾਹੀਦਾ ਹੈ, ਕਿਉਂਕਿ ਬੱਚੇ ਅਸੀਂ ਵੀ ਆਪਣੇ ਹੱਥੀਂ ਸਾਂਭੇ ਨੇ। ਹਰ ਨਾਜ਼ ਨਖਰਾ ਉਹਨਾਂ ਦਾ ਉਠਾਇਆ ਹੈ, ਹਰ ਗੰਧ ਉਹਨਾਂ ਦਾ ਅਸੀਂ ਸਾਫ਼ ਕੀਤਾ ਹੈ, ਕਿਉਂਕਿ ਉਹ ਸਾਡੇ ਬੱਚੇ ਸਨ, ਢਿੱਡੋ ਜੰਮੇ ਹੋਏ ਸਨ। ਅਤੇ ਇਹ ਮਾਪੇ ਉਹੀ ਨੇ ਜਿਹਨਾਂ ਨੇ ਸਾਨੂੰ ਢਿੱਡੋ ਜੰਮਿਆ ਹੈ, ਅਤੇ ਜੇਕਰ ਅਸੀਂ ਆਪਣੇ ਮਾਪਿਆਂ ਨੂੰ ਅੱਜ ਲੱਤ ਮਾਰਾਂਗੇ ਤਾਂ ਸਾਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਸਾਡੇ ਢਿੱਡੋ ਜੰਮੇ ਹੋਏ ਸਾਨੂੰ ਕਦੋਂ ਲੱਤ ਮਾਰ ਜਾਣਗੇ ਉਸ ਦਾ ਸਾਨੂੰ ਪਤਾ ਵੀ ਨਹੀਂ ਲੱਗਣਾ। ਅਤੇ ਫਿਰ ਸ਼ਾਇਦ ਜਿੰਨੀ ਪੀੜ ਤੁਹਾਡੇ ਮਾਪਿਆਂ ਨੇ ਤੁਹਾਡੀ ਲੱਤ ਖਾਣ ਤੋਂ ਬਾਅਦ ਸਹਿਣ ਕੀਤੀ ਹੈ, ਉਸ ਤੋਂ ਕਿਤੇ ਜ਼ਿਆਦਾ ਪੀੜਾਂ ਤੁਹਾਨੂੰ ਹੋਣੀਆਂ ਨੇ। ਅਤੇ ਇਹ ਪੀੜਾਂ ਤੁਹਾਡੇ ਉਹ ਮਾੜੇ ਕਰਮ ਹੋਣਗੇ ਜਿਹੜੇ ਤੁਸੀਂ ਆਪਣੇ ਮਾਂ ਪਿਓ ਨੂੰ ਖੂਨ ਦੇ ਹੰਝੂ ਰਵਾ ਕੇ ਖੱਟੇ ਨੇ। ਇਸ ਲਈ ਅਸੀਂ ਹੱਥ ਬੰਨ੍ਹ ਕੇ ਬੇਨਤੀ ਕਰਦੇ ਹਾਂ ਕਿ ਮਾਪਿਆਂ ਦਾ ਸਤਿਕਾਰ ਕਰਿਆ ਕਰੋ, ਬੱਚਿਆਂ ਨੂੰ ਪਿਆਰ ਕਰਿਆ ਕਰੋ, ਕਦੇ ਕਿਸੇ ਨੂੰ ਕੁਰਾਹੇ ਨਾ ਪਾਇਆ ਕਰੋ, ਹੋ ਸਕੇ ਦੂਜਿਆਂ ਦੇ ਦੁੱਖ ਵੰਡਿਆ ਕਰੋ, ਸੁੱਖਾਂ 'ਚ ਸ਼ਰੀਕ ਕਰਿਆ ਕਰੋ, ਦੂਜਿਆਂ ਦੇ ਚਿਹਰੇ 'ਤੇ ਮੁਸਕਾਨ ਲਿਆਇਆ ਕਰੋ। ਜੇ ਕਦੇ ਕੋਈ ਗਰੀਬ ਲੋੜਵੰਦ ਟੱਕਰ ਜਾਵੇ ਤਾਂ ਉਸ ਦੀ ਮਦਦ ਜ਼ਰੂਰ ਕਰਕੇ ਜਾਇਆ ਕਰੋ, ਕਿਉਂਕਿ ਅਜਿਹਾ ਅਗਰ ਤੁਸੀਂ ਕਰਦੇ ਹੋ, ਅਜਿਹੀ ਜ਼ਹਿਨੀਅਤ ਅਗਰ ਤੁਸੀਂ ਰੱਖਦੇ ਹੋ ਤਾਂ ਪਰਮਾਤਮਾ ਤੁਹਾਨੂੰ ਕਦੇ ਕਿਸੇ ਚੀਜ਼ ਦੀ ਕਮੀ ਹੋਣ ਹੀ ਨਹੀਂ ਦੇ ਸਕਦਾ। ਤੁਸੀਂ ਸਭ ਇਸ ਮਸਲੇ 'ਤੇ ਕੀ ਸੋਚਦੇ ਹੋ, ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨ ਵਾਸਤੇ ਬੈਲ ਨੂੰ ਰਿੰਗ ਕਰੋ। ਜਰਮਨਜੀਤ ਸਿੰਘ, ਮੈਂ ਇੱਕ ਮੈਨੇਜਰ ਦੀ ਮਾਂ ਵੀ ਹਾਂ ਅਤੇ ਸ਼ਹੀਦ ਦੇ ਧਰਮ ਪਤਾ ਨਹੀਂ ਵੀ ਹਰਜਿੰਦਰ ਸਿੰਘ ਸ਼ਹੀਦ ਭਾਈ ਹਰਜਿੰਦਰ ਸਿੰਘ ਸ਼ਹੀਦ ਪਰਿਵਾਰ ਚੋਂ ਮਾਰਾਇਆ, ਉਹਦੇ ਉਸ ਸ਼ਹੀਦ ਦੇ ਬਦਲੇ ਜਿਹੜੀ ਆ ਉਹਨੂੰ ਨੌਕਰੀ ਮਿਲੀ ਆ ਉੱਥੇ। ਮਾਤਾ ਜੀ, ਤੁਹਾਡੇ ਬੇਟੇ ਦਾ ਕੀ ਨਾਮ ਹੈ ਜੀ? ਜਰਮਨਜੀਤ ਸਿੰਘ। ਕਿੱਥੇ ਕੰਮ ਕਰਦੇ ਹੋ? ਵੇਰਕੇ ਗੁਰਦੁਆਰੇ ਨਾਨਕਸਰ। ਤੁਹਾਨੂੰ ਕਿਉਂ ਕੱਢਿਆ ਉਹਨਾਂ ਨੇ ਘਰੋਂ? ਛੋਟੇ ਮੋਟੇ ਲੜਾਈਆਂ ਝਗੜੇ ਹੁੰਦੇ ਰਹਿੰਦੇ ਕਰਕੇ, ਇਹ ਥੋੜ੍ਹਾ ਲੋਕ ਘਰੋਂ ਕੱਢ ਦਿੰਦੇ ਮਾਂ ਕੇ। ਕਿੰਨੀ ਦੇਰ ਹੋ ਗਿਆ ਤੁਹਾਨੂੰ ਕੱਢਿਆ ਘਰੋਂ? ਕੱਢਿਆ ਮੇਰੀ ਜਮਨ ਮੈਨੂੰ ਇੱਕ ਸਾਲ ਹੋ ਗਿਆ। ਕਿੱਥੇ ਰਹਿ ਰਹੇ ਹੋ? ਮੈਂ ਗੁਰਦੁਆਰਿਆਂ 'ਚ, ਕਦੀ ਰਿਸ਼ਤੇਦਾਰਾਂ ਦੇ, ਕਦੀ ਘਰ ਦਾ ਦੀਆਂ ਟੋਕਰਾ ਖਾਂਦੇ ਜਾਂਦੇ। ਪਾਲਣ ਪੋਸ਼ਣ ਕਿਸ ਤਰ੍ਹਾਂ ਹੋ ਰਿਹਾ ਤੁਹਾਡਾ? ਖਾਣ ਪੀਣ ਕਿਸ ਤਰ੍ਹਾਂ ਹੋ ਰਿਹਾ? ਜਿੱਥੇ ਜਾਂਦੇ ਉੱਥੇ ਰੋਟੀ ਤਾਂ ਮਿਲਣੀ ਮਿਲਣੀ ਖਾਣੀ ਜਿੱਥੇ ਵੀ ਜਾਊਂ। ਇਸ ਵਾਸਤੇ ਕਦੀ ਤੁਸੀਂ ਕਾਨੂੰਨ ਦਾ ਦਰਵਾਜ਼ਾ ਨਹੀਂ ਖੜਕਾਇਆ? ਸੀ ਦੇ ਵੀ ਗਈ, ਐਸ ਡੀ ਐਮ ਦੇ ਵੀ ਗਈ ਮੈਂ, ਉੱਥੇ ਵੀ ਅਕਾਲੀ ਦਲ ਦੇ ਲੀਡਰਾਂ ਦਾ ਦਬ ਦਬਾ ਪਾ ਕੇ ਕੇਸ ਜਿਹੜਾ ਬੰਦ ਕੀਤਾ ਗਿਆ। ਕਾਰਨ ਕੀ ਸੀ? ਪ੍ਰੈਸ਼ਰ ਪ੍ਰੈਸ਼ਰ ਹਾਂਜੀ, ਪ੍ਰੈਸ਼ਰ ਪਾਇਆ ਗਿਆ। ਹਾਂਜੀ, ਮੈਂ ਹਿੱਸਾ ਮੰਗਦੀ, ਜਦੋਂ ਮੈਨੂੰ ਘਰ 'ਚ ਨਹੀਂ ਰਹਿਣ ਦਿੰਦੇ ਮੈਂ ਹਿੱਸਾ ਮੰਗਦੀ, ਮੇਰੇ ਘਰ 'ਚੋਂ ਵੀ ਹਿੱਸਾ ਦਿੱਤਾ ਜਾਵੇ, ਮੈਨੂੰ ਜਾਇਦਾਦ 'ਚੋਂ ਵੀ ਹਿੱਸਾ ਦਿੱਤਾ ਜਾਵੇ। ਇਸ ਕਰਕੇ ਤੁਹਾਨੂੰ ਰਸਤੇ 'ਚ ਹਟਾ ਦਿੱਤਾ ਘਰੋਂ ਕੱਢਤਾ? ਹਾਂਜੀ।